ਪੁਲਿਸ ਦੇ ਹੱਥ ਨਕਲੀ ਨੋਟਾਂ ਦਾ ਜ਼ਖੀਰਾ ਲੱਗਿਆ। 13,66,000 ਦੇ ਨਕਲੀ ਨੋਟ ਬਰਾਮਦ ਹੋਏ ਨੇ। ਇਸ ਮੌਕੇ ਪੁਲਿਸ ਨੇ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਇਸ ਮਾਮਲੇ ਦੇ ਵਿੱਚ 3 ਮੁਲਜ਼ਮ ਫਰਾਰ ਨੇ, ਜਿਨ੍ਹਾਂ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਹੈ। ਦੱਸਦੇ ਕਿ ਤਲਾਸ਼ੀ ਮੌਕੇ ਲੈਪਟਾਪ ਅਤੇ ਹੋਰ ਸਮਾਨ ਬਰਾਮਦ ਕੀਤਾ ਗਿਆ। ਪਹਿਲਾਂ ਵੀ ਇਹ ਮੁਲਜ਼ਮ ਗ੍ਰਿਫਤਾਰ ਕੀਤਾ ਗਿਆ ਸੀ। ਹਰਿਆਣਾ ਦੇ ਯਮੁਨਾਨਗਰ ਦਾ ਇਹ ਪੂਰਾ ਮਾਮਲਾ ਹੈ। ਮੁਲਜ਼ਮ ਪੰਚਕੂਲਾ ਤੋਂ ਇਹ ਨੋਟ ਯਮੁਨਾਨਗਰ ਦੇ ਵਿੱਚ ਲਿਆਉਂਦੇ ਸੀ ਔਰ ਇਸ ਮੁੱਖ ਮੁਲਜ਼ਮ ਨੂੰ ਸਾਲ 2023 ਦੇ ਵਿੱਚ ਗ੍ਰਿਫਤਾਰ ਵੀ ਕੀਤਾ ਗਿਆ ਸੀ। ਫੜੇ ਗਏ ਨੋਟਾਂ ਦੇ ਵਿੱਚ 5-5 ਸੌ ਦੇ, 2-2 ਸੌ ਦੇ ਅਤੇ 100-100 ਦੇ ਨੋਟ ਬਰਾਮਦ ਹੋਏ ਨੇ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਕ ਕਾਗਜ਼ 'ਤੇ ਇਹ ਨੋਟ ਛਾਪੇ ਹੋਏ ਨੇ। ਫਿਲਹਾਲ ਪੁਲਿਸ ਦੇ ਵੱਲੋਂ ਇਹਨਾਂ 6 ਮੁਲਜ਼ਮਾਂ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ ਕਿ ਕਿਵੇਂ ਇਹਨਾਂ ਨੇ ਇਹ ਨਕਲੀ ਨੋਟ ਤਿਆਰ ਕੀਤੇ ਔਰ ਕਿੱਥੇ ਕਿੱਥੇ ਇਸ ਦੀ ਵਰਤੋਂ ਕੀਤੀ ਗਈ ਸੀ। ਤਾਂ ਪੁਲਿਸ ਦੇ ਵੱਲੋਂ ਇਹ ਨਕਲੀ ਨੋਟਾਂ ਦਾ ਜ਼ਖੀਰਾ ਫੜਿਆ ਗਿਆ। 13,66,000 ਦੇ ਇਹ ਨਕਲੀ ਨੋਟ ਨੇ। ਇਸ ਮਾਮਲੇ ਦੇ ਵਿੱਚ ਪੁਲਿਸ ਨੇ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। 3 ਫਰਾਰ ਨੇ। ਲੈਪਟਾਪ ਸਮੇਤ ਹੋਰ ਵੀ ਸਮਾਨ ਪੁਲਿਸ ਦੇ ਹੱਥ ਲੱਗਿਆ ਔਰ ਇਸਦਾ ਮੁੱਖ ਆਰੋਪੀ 2023 ਦੇ ਵਿੱਚ ਵੀ ਗ੍ਰਿਫਤਾਰ ਹੋਇਆ ਸੀ। ਤਾਂ ਪੁਲਿਸ ਨੇ ਇਹ ਨੋਟਾਂ ਦਾ ਜ਼ਖੀਰਾ ਜੋ ਕਿ ਨਕਲੀ ਹੈ ਉਹ ਬਰਾਮਦ ਕੀਤਾ। 5-5 ਸੌ ਦੇ, 2-2 ਸੌ ਦੇ ਅਤੇ 100-100 ਦੇ ਨੋਟ ਕਾਗਜ਼ 'ਤੇ ਛਾਪੇ ਹੋਏ ਨੇ ਔਰ ਪੁਲਿਸ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰ ਰਹੀ ਹੈ। ਪੁਲਿਸ ਦੇ ਹੱਥ ਨਕਲੀ ਨੋਟਾਂ ਦਾ ਜ਼ਖੀਰਾ ਲੱਗਿਆ। 13,66,000 ਦੇ ਨਕਲੀ ਨੋਟ ਬਰਾਮਦ ਹੋਏ ਨੇ। ਇਸ ਮੌਕੇ ਪੁਲਿਸ ਨੇ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਇਸ ਮਾਮਲੇ ਦੇ ਵਿੱਚ 3 ਮੁਲਜ਼ਮ ਫਰਾਰ ਨੇ, ਜਿਨ੍ਹਾਂ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਹੈ। ਦੱਸਦੇ ਕਿ ਤਲਾਸ਼ੀ ਮੌਕੇ ਲੈਪਟਾਪ ਅਤੇ ਹੋਰ ਸਮਾਨ ਬਰਾਮਦ ਕੀਤਾ ਗਿਆ। ਪਹਿਲਾਂ ਵੀ ਇਹ ਮੁਲਜ਼ਮ ਗ੍ਰਿਫਤਾਰ ਕੀਤਾ ਗਿਆ ਸੀ। ਹਰਿਆਣਾ ਦੇ ਯਮੁਨਾਨਗਰ ਦਾ ਇਹ ਪੂਰਾ ਮਾਮਲਾ ਹੈ। ਮੁਲਜ਼ਮ ਪੰਚਕੂਲਾ ਤੋਂ ਇਹ ਨੋਟ ਯਮੁਨਾਨਗਰ ਦੇ ਵਿੱਚ ਲਿਆਉਂਦੇ ਸੀ ਔਰ ਇਸ ਮੁੱਖ ਮੁਲਜ਼ਮ ਨੂੰ ਸਾਲ 2023 ਦੇ ਵਿੱਚ ਗ੍ਰਿਫਤਾਰ ਵੀ ਕੀਤਾ ਗਿਆ ਸੀ। ਫੜੇ ਗਏ ਨੋਟਾਂ ਦੇ ਵਿੱਚ 5-5 ਸੌ ਦੇ, 2-2 ਸੌ ਦੇ ਅਤੇ 100-100 ਦੇ ਨੋਟ ਬਰਾਮਦ ਹੋਏ ਨੇ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਕ ਕਾਗਜ਼ 'ਤੇ ਇਹ ਨੋਟ ਛਾਪੇ ਹੋਏ ਨੇ। ਫਿਲਹਾਲ ਪੁਲਿਸ ਦੇ ਵੱਲੋਂ ਇਹਨਾਂ 6 ਮੁਲਜ਼ਮਾਂ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ ਕਿ ਕਿਵੇਂ ਇਹਨਾਂ ਨੇ ਇਹ ਨਕਲੀ ਨੋਟ ਤਿਆਰ ਕੀਤੇ ਔਰ ਕਿੱਥੇ ਕਿੱਥੇ ਇਸ ਦੀ ਵਰਤੋਂ ਕੀਤੀ ਗਈ ਸੀ। ਤਾਂ ਪੁਲਿਸ ਦੇ ਵੱਲੋਂ ਇਹ ਨਕਲੀ ਨੋਟਾਂ ਦਾ ਜ਼ਖੀਰਾ ਫੜਿਆ ਗਿਆ। 13,66,000 ਦੇ ਇਹ ਨਕਲੀ ਨੋਟ ਨੇ। ਇਸ ਮਾਮਲੇ ਦੇ ਵਿੱਚ ਪੁਲਿਸ ਨੇ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। 3 ਫਰਾਰ ਨੇ। ਲੈਪਟਾਪ ਸਮੇਤ ਹੋਰ ਵੀ ਸਮਾਨ ਪੁਲਿਸ ਦੇ ਹੱਥ ਲੱਗਿਆ ਔਰ ਇਸਦਾ ਮੁੱਖ ਆਰੋਪੀ 2023 ਦੇ ਵਿੱਚ ਵੀ ਗ੍ਰਿਫਤਾਰ ਹੋਇਆ ਸੀ। ਤਾਂ ਪੁਲਿਸ ਨੇ ਇਹ ਨੋਟਾਂ ਦਾ ਜ਼ਖੀਰਾ ਜੋ ਕਿ ਨਕਲੀ ਹੈ ਉਹ ਬਰਾਮਦ ਕੀਤਾ। 5-5 ਸੌ ਦੇ, 2-2 ਸੌ ਦੇ ਅਤੇ 100-100 ਦੇ ਨੋਟ ਕਾਗਜ਼ 'ਤੇ ਛਾਪੇ ਹੋਏ ਨੇ ਔਰ ਪੁਲਿਸ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰ ਰਹੀ ਹੈ।